ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੁ ਜੀ ਆਇਆਂ ਮੇਰੇ ਯੂਟਿਊਬ ਚੈਨਲ ਤੇ। ਉਮੀਦ ਕਰਨਾ ਸਾਰੇ ਮਾਸ਼ਾਅੱਲਾ ਖੈਰ ਵਾਫੀਅਤ ਨਾਲ ਹੋਣਗੇ, ਅੱਲਾਹ ਪਾਕ ਸਾਰਿਆਂ ਨੂੰ ਸਿਹਤ ਤੰਦਰੁਸਤੀ ਜ਼ਿੰਦਗੀ ਦੇਣ। ਅੱਜ ਮੈਂ ਐਬਸੈਂਟ ਹਾਂ ਕਾਫੀ ਦਿਨਾਂ ਤੋਂ, ਆਈ ਨੋ ਮੈਂ ਵੀਡੀਓਜ਼ ਨਹੀਂ ਬਣਾ ਰਿਹਾ, ਪਰ ਰੀਜ਼ਨ ਬਹੁਤ ਡਾਢੇ ਚੱਲਦੇ ਨੇ ਪਰ ਜ਼ਿੰਦਗੀ ਦੇ ਵਿੱਚ, ਸੋ ਰਿਵੀਲ ਨਹੀਂ ਕਰ ਸਕਦਾ। ਲੇਕਿਨ ਕੁਛ ਚੀਜ਼ਾਂ ਐਸੀਆਂ ਹੋਣ ਡੀਆਂ ਨੇ ਇਹਨਾਂ ਦੇ ਕਰਕੇ ਵੀਡੀਓ ਨਹੀਂ ਬਣਾ ਸਕਦਾ ਜਾਂ ਨਹੀਂ ਬਣਾ ਸਕਿਆ, ਤੇ ਇਨਸ਼ਾਅੱਲਾ ਜਲਦੀ ਜਿਹੜਾ ਨਾ ਦੁਬਾਰਾ ਸਟਾਰਟ ਕਰਾਂਗਾ, ਅੱਜ ਤੋਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ। ਸੋ ਇਨ ਸ਼ੋਰਟ ਤੁਹਾਨੂੰ ਦੱਸ ਦਈਏ ਕਿ ਅੱਜ ਸੰਡੇ ਵਿੱਚ ਛੁੱਟੀ ਹੈ, 3 ਦਿਨ ਛੁੱਟੀਆਂ ਸਨ ਈਸਟਰ ਦੇ ਕਰਕੇ। ਔਰਥੋਡੋਕਸ ਕ੍ਰਿਸਚਨਸ ਜਿਹੜੇ ਨੇ ਅੱਜ ਆਂਡੇ ਉਂਡੇ ਭੰਨਦੇ ਨੇ ਪਏ, ਰਾਤੀ ਬੱਤੀਆਂ ਬੁੱਤੀਆਂ ਲੈ ਕੇ ਚਰਚ ਗਏ ਸਨ। ਸੋ ਚੱਲਦਾ ਪਿਆ ਉਹਨਾਂ ਦਾ ਸਾਰਾ ਰੌਲਾ ਰੱਪਾ, ਅਤੇ ਉਹਦੇ ਰੌਲੇ ਰੱਪੇ ਦੇ ਵਿੱਚ ਵਿੱਚ ਅਸੀਂ ਵੀ ਜਿਹੜਾ ਨਾ 3 ਦਿਨ ਸਾਨੂੰ ਵੀ ਅਸੀਂ ਵੀ ਇੰਜੋਏ ਕਰ ਲਿਆ, ਅੱਜ ਲਾਸਟ ਡੇ ਵੇ। ਸੋ ਮੈਂ ਨਿਕਲਣ ਲੱਗਾ ਬਾਹਰ, ਇਨਸ਼ਾਅੱਲਾ ਵਿਹਨੇ ਹਾਂ, ਕੁਛ ਮੁਲਾਕਾਤਾਂ ਵੀ ਕਰਨੀਆਂ ਨੇ, ਫਿਰਨਾ ਤੁਰਨਾ ਵੀ ਸੱਜੇ ਖੱਬੇ ਜਾਂਦੇ ਹਾਂ, ਰੋਡ ਖਾਲੀ ਨੇ, ਸੁਨਸਾਨ ਨੇ, ਘੁੰਮਣੇ ਫਿਰਨੇ ਆ, ਇਨਸ਼ਾਅੱਲਾ ਮੌਜ ਮਸਤੀ ਕਰਨੇ ਆ, ਅਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਂਦੇ ਜਾਂਦੇ ਹਾਂ। ਸੋ ਆਓ ਇਨਸ਼ਾਅੱਲਾ ਚੱਲਦੇ ਹਾਂ। ਮੌਸਮ ਬੜਾ ਖੂਬਸੂਰਤ ਹੈ, ਜਾਣਦੇ ਹਾਂ ਰਸਤੇ ਦੇ ਵਿੱਚ ਪਲੈਨ ਮੇਰੇ ਕੁਛ ਹੋਰ ਸਨ, ਲੇਕਿਨ ਮੈਨੂੰ ਕਾਲ ਆਈ ਹੈ, ਇੱਕ ਸਰਪ੍ਰਾਈਜ਼ ਹੀ ਹੈ, ਉਹ ਜਾ ਕੇ ਅਤੇ ਇਨਸ਼ਾਅੱਲਾ ਤੁਹਾਨੂੰ ਦੱਸਣਾ ਵਾ ਮੈਂ ਸਰਪ੍ਰਾਈਜ਼ ਕੀ ਹੈ। ਵੀਡੀਓ ਬਣਾਉਂਦਿਆਂ ਮੈਨੂੰ ਰੁਕਣਾ ਪਿਆ ਹੈ ਕਿਉਂਕਿ ਮੇਰੀ ਗਲਾਸਿਸ ਦੇ ਆ ਅਗਲਾ ਜਿਹੜਾ ਨਾ ਸ਼ੇਡ ਡਿੱਗ ਪਿਆ ਸੀ, ਸੋ ਬੜੀ ਔਖਾ ਜਾ ਕੇ ਲੱਭਿਆ ਮੈਂ ਤਾਂ ਅੱਖਾਂ ਟੁੱਟ ਟੁੱਟ ਗਿਆ ਹੋਣਾ ਗੱਡੀਆਂ ਥੱਲੇ ਆ ਕੇ। ਮੈਂ ਜੀ ਐਜ਼ ਯੂਜੁਅਲ ਜਿਵੇਂ ਕਿ ਤੁਹਾਨੂੰ ਪਤਾ ਹੀ ਮੈਂ ਲੇਟ ਹੁੰਦਾ ਹੀ ਰਹਿੰਦਾ ਵਾਂ, ਲੇਟ ਹੋ ਗਿਆ ਵਾਂ, ਸਾਰੇ ਖਾਣਾ ਖਾ ਖੂ ਕੇ ਵੇਖ ਲਓ ਮੋਟਰਸਾਈਕਲ ਬਾਹਰ ਖਲੋਤੇ ਨੇ, ਚਲੇ ਗਏ ਨੇ, ਅਤੇ ਮੇਰੇ ਲਈ ਵਿਚਾਰਿਆਂ ਨੇ ਦੁਬਾਰਾ ਵਕਤ ਕੀਤਾ ਹੈ ਅੰਦਰ ਜਿਹੜਾ ਖਾਣਾ ਬਣਾਉਣ ਵਾਲਾ, ਅਤੇ ਪੌਦੇ ਸ਼ੌਦੇ ਵੀ ਉਹਨਾਂ ਦੇ ਜਿਹੜਾ ਨਾ ਮਾਸ਼ਾਅੱਲਾ ਉੱਗ ਪਏ ਨੇ ਹੁਣ, ਧਨੀਆ ਵੀ ਹੈ ਵੇਖੋ ਵੱਡਾ ਹੋ ਗਿਆ ਧਨੀਆ ਵੀ, ਫੁੱਲ ਸ਼ੁੱਲ ਵੀ ਲੱਗੇ ਨੇ ਬੜੇ ਬਿਹਤਰੀਨ ਕਿਸਮ ਦੇ, ਅਤੇ ਉਹ ਉੱਥੇ ਹੁਣ ਉਹਨਾਂ ਖਾਣਾ ਜਿਹੜਾ ਲਾਇਆ ਸੀ ਉਹ ਖਾਂਦੇ ਹਾਂ, ਉੱਥੇ ਮਹਿੰਦੀ ਉੱਪਰ ਬੜੇ ਸੋਹਣੇ ਬਣ ਗਏ ਨੇ। ਜੀ ਸਰ, ਹਾਂਜੀ, ਤੁਹਾਡਾ ਵੇਟ ਹੋ ਰਿਹਾ ਸਰ, ਮੈਂ ਤਾਂ ਅੱਗੇ ਦੱਸ ਕੇ ਆਇਆ ਬਾਹਰ, ਮੈਂ ਕਿਹਾ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ, ਲੇਕਿਨ ਗਲਤੀ ਇਹਨਾਂ ਦੀ ਨਾ, ਮੈਨੂੰ ਫੋਨ 1 ਵਜੇ ਕੀਤਾ, 1:30 ਵਜੇ ਕੀਤਾ ਫੋਨ ਇਹਨਾਂ ਨੇ, ਡੀਕ ਡੀਕ ਕੇ ਤੇ ਹੁਣ ਤੁਰ ਗਏ ਨੇ, ਕਹਿੰਦੇ ਨੇ ਕਿ ਤਲਾ ਬੜੀ ਚੀਕ ਨਹੀਂ ਆ ਰਿਹਾ, 1:30 ਵਜੇ ਫੋਨ ਕੀਤਾ ਨੇ ਸਰ, ਫੋਨ ਕੀਤਾ ਤਾਂ ਅਸੀਂ ਕੰਮ ਸ਼ੁਰੂ ਕੀਤਾ 3 ਵਜੇ, ਕਿਉਂ ਜੀ ਤੁਸੀਂ ਕੱਲ ਜੀ 3 ਵਜੇ ਕੀਤਾ, ਬਹੁਤ ਵੇਟ ਕੀਤਾ ਤੁਹਾਡਾ ਸੀ, ਨਹੀਂ ਮੈਨੂੰ ਨਹੀਂ ਪਤਾ 3 ਵਜੇ ਤੁਸੀਂ ਸ਼ੁਰੂ ਕੀਤਾ, ਮੈਂ ਅਸਲ 'ਚ ਅਸੀਂ 1.5 ਘੰਟਾ ਫਿਰ ਆਖਿਆ ਵੀ ਹੁਣ ਆ ਜਾਣ ਭਾਈ ਯਾਰੀ, ਤੇ ਫਿਰ ਜਿਹੜਾ ਨਾ, ਨਹੀਂ ਮੈਨੂੰ ਨਹੀਂ ਜੀ ਆਈਡੀਆ, ਮੈਂ ਮਾਜ਼ਰਤ ਕਰਨਾ, ਮੈਂ ਅਸਲ 'ਚ ਚਾਚੂ ਹੀ ਆ ਗਏ ਸਨ, ਉਹ ਕਰੋਪੀ ਹੁੰਦੇ ਨੇ ਅਤੇ ਉੱਥੋਂ ਆਏ, ਉਹਨਾਂ ਵੀ ਅਚਾਨਕ ਫੋਨ ਕੀਤਾ, ਉਹ ਆ ਗਏ, ਤਾਂ ਫਿਰ ਉਹਨਾਂ ਦੇ ਜਲਦੀ ਜਲਦੀ 'ਚ ਉਹਨਾਂ ਨੂੰ ਵੀ ਪੁਗਤਾ ਆ, ਆਖਣਾ ਕੱਪ ਥੋੜ੍ਹਾ ਨੀਵੇਂ ਰੱਖ ਲੈ ਜਦ ਵੀ ਕਰ ਲੈ ਜੀ, ਸਹੀ ਸਲਾਮ ਅਲੈਕੁਮ ਭਾਅ ਜੀ, ਤਾਂ ਸ਼ਾਮ ਵੀ ਆ ਗਏ ਨੇ ਇੱਧਰ ਆਇਓ,
ਪਿਛਲੀ ਵਾਰ ਜਦੋਂ ਇੱਥੇ ਆਏ ਸਾਂ ਉਦੋਂ ਕਰਨ ਡਏ ਸਾਂ, ਨਾਲੇ ਸਫਾਈ ਸਫੂਈ ਇਹਦੀ, ਸਾਹਮਣੇ ਬਣਾਇਆ ਨੇ ਜੰਗਲਾ, ਜੰਗਲਾ ਬਣਾ ਕੇ ਚੂਚੇ ਲੈ ਆਉਂਦੇ ਨੇ, ਨਾ ਮੁਰਗੀਆਂ ਰੱਖ ਲਈਆਂ ਨੇ, ਕਹਿੰਦੇ ਉਹ ਪੇ ਥੱਲੇ ਵੀ ਬੜੀ ਛੇਤੀ ਆਉਂਦੇ ਇਹਦੇ। ਰੌਣਕ ਲਾ ਦਿੱਤੀ ਹੈ ਤੁਸਾਂ ਤਾਂ ਫੜ ਗਏ ਇੱਥੇ ਦੇ, ਰੌਣਕ ਲਾ ਦਿੱਤੀ ਜੇ ਮੈਂ ਕਿਹਾ ਫੜ ਗਏ ਦੇ ਇਹਨਾਂ ਨੇ, ਹੋਰ ਮਹੀਨੇ ਦੂ ਨੂੰ ਜਿਹੜਾ ਨਾ ਚੈਂ ਚੈਂ ਕਰਦਿਆ ਹੋਣਾ ਹਰ ਪਾਸੇ, ਇੱਥੇ ਹਰ ਪਾਸੇ ਇਹਨਾਂ ਨੇ ਜਿਹੜਾ ਨਾ ਚੈਂ ਚੈਂ ਕਰਦਿਆ ਹੋਣਾ, ਚੰਗਾ ਭਲਾ ਜਿਹੜਾ ਨਾ ਰੌਣਕ ਲੱਗ ਜਾਣੀ ਹੈ ਚੰਗੀ। ਮਾਸ਼ਾਅੱਲਾ ਵੈਦਰ ਵੀ ਬੜਾ ਸੋਹਣਾ ਬਣਿਆ ਹੈ। ਉਹ ਥੱਲੇ ਕਿਉਂ ਸੁੱਟਿਆ ਹਜੇ ਅੱਗੇ ਪਰਿਆਂ ਕਰਨ ਵਾਸਤੇ ਪੈਰਾਂ ਚੁਣੀਆਂ ਪਿੱਛੇ, ਉਹਨਾਂ ਥੋੜਾ ਰੋਲੇ ਲਾਣਾ, ਉਹੀ ਮੈਂ ਇਹਨਾਂ ਮੈਂ ਕਿਹਾ ਪਰਾਂ ਸੁੱਟ ਦਿੱਤਾ ਨੇ ਉਹਨਾਂ ਨੂੰ, ਇਹਨਾਂ ਨੇ ਇੱਧਰ ਪਾਣੀ ਨਹੀਂ ਦੇਣਾ ਹਨ ਬਰਤਨ, ਇੱਕ ਵਾਰੀ ਉੱਧਰ ਗਏ ਨੇ ਤੇ ਮੈਂ ਇਜ਼ੀ ਪਾ ਲਿਆ, ਫਿਰ ਥੋੜੀ ਜਗ੍ਹਾ ਵੀ ਦਿਓ ਨਾ, ਹੋਰ ਨਹੀਂ ਪਾਈ ਜਾ ਕੇ ਤੁਹਾਨੂੰ ਕੀ ਕਰਨਾ। ਅੱਛਾ ਹੁਣ ਤੁਸੀਂ ਆਪਣੇ ਕੁਆਰੇ ਹੱਥਾਂ ਨਾਲ ਚਾਹ ਬਣਾਉਣੇ ਨੇ, ਸਰਕਾਰ ਮੈਨੂੰ ਹਰ ਸ਼ੈ ਬਣਾਉਣੀ ਆਉਂਦੀ ਜੇ ਸਵਾਏ ਚੋਲਾਂ ਤੋਂ ਜਿਹੜੀ ਮਰਜ਼ੀ ਸ਼ੈ ਬਣਵਾ ਲਓ, ਚੋਲ ਨਹੀਂ ਬਣਾਉਣੇ, ਚੋਲ ਨਹੀਂ ਆਉਂਦੇ ਪਤਾ, ਮੈਂ ਬੜੀ ਵਾਰੀ ਟਰਾਈ ਕੀਤੇ ਨੇ ਬੜੀ ਵਾਰੀ। ਸਮੀ ਸਾਹਿਬ ਤੁਹਾਨੂੰ ਕਿਉਂ ਰੋਕ ਰਹੇ ਨੇ ਫੋਨ ਕਰ ਕਰਕੇ? ਕਿਉਂਕਿ ਉਹਨੂੰ ਪਤਾ ਕਿ ਹੁਣ ਤੁਰ ਗਿਆ ਤੇ ਗੁੱਸੇ ਹੋਈ ਹੈ ਨਾ, ਯਾਰੀ ਤੁਹਾਡੇ ਨਾਲ ਵਾਕਈ ਜ਼ਿਆਦਾ ਕੀਤੀ ਹੈ, ਕਿਉਂਕਿ ਮੈਨੂੰ ਕੱਟ ਦੇ ਪਿਆਜ਼ ਦੇ ਵਿੱਚ ਹੀ ਕੱਟ ਦੇ, ਮੈਨੂੰ ਰਾਤੀ ਮੈਂ ਅਪਰਾਧ ਨੂੰ ਕੀਤਾ ਫੋਨ, ਤੁਸੀਂ ਮੇਰਾ ਖਿਆਲ ਕੋਲ ਸੋ ਦੋ ਜੀ, ਹੈਂ ਇੱਥੇ ਘਰ ਹੀ ਸੀ ਬਰਾਤ, ਮੈਂ ਰਾਤੀ ਕੀਤਾ, ਮੈਨੂੰ ਇਹਨੇ ਪਤਾ ਕੀ ਆਖਿਆ ਕਿ ਉਹ ਸਮੀ ਦਾ ਨਾ ਰਾਬਤਾ ਕਰੇਗਾ 12 ਕੁ ਵਜੇ ਤੇ ਉਹ ਤੁਹਾਨੂੰ ਦੱਸੇਗਾ, ਸਮੀ ਨੇ ਕੀਤਾ ਰਾਬਤਾ ਤੁਹਾਡੇ ਨਾਲ 1:30 ਵਜੇ, 1:30 ਵਜੇ ਤੇ ਮੈਂ ਇੰਤਜ਼ਾਰ ਕਰਦਾ ਰਿਹਾ ਵਾਂ, ਕਰ ਕਰ ਕੇ ਇੰਤਜ਼ਾਰ ਨਾ, ਮੈਂ ਕਿਹਾ ਸ਼ਾਇਦ ਨਹੀਂ ਗਏ, ਮੈਨੂੰ ਇਹ ਸੀ ਨਹੀਂ ਗਏ, ਠੀਕ ਹੈ, ਮੈਂ ਉਹਨੂੰ ਕੀ ਉਹਨੂੰ ਆਉਂਦੇ ਨੇ ਚਾਚੂ ਹੋਣਾਂ ਦੀ ਕਾਲ ਆਈ ਮੈਨੂੰ ਜੀ, ਮੈਂ ਚੁੱਕ ਲਈ, ਆਉਂਦੇ ਨੇ ਪੁੱਤਰ ਮੈਂ ਆਉਣ ਲੱਗਾ ਵਾਂ, ਮੈਂ ਕਿਹਾ ਆ ਜਾਓ, ਉਹ ਫਿਰ ਆ ਗਏ, ਅੱਛਾ ਉਹ ਰਸਤੇ ਚ ਮੈਨੂੰ ਫੋਨ ਕਰ ਕੇ ਭਾਈ ਜੀ ਪਹੁੰਚੇ ਨਹੀਂ ਤੁਸੀਂ ਹਲੇ ਤੱਕ, ਮੈਂ ਚਾਚੇ ਨੂੰ ਵੀ ਬੁਲਾ ਲਿਆ, ਮੈਂ ਕਿਹਾ ਚਾਚੇ ਨੂੰ ਵੀ ਬੁਲਾ ਲਿਆ, ਉੱਥੋਂ ਤੋਂ ਫੋਨ ਕਰ ਛੱਡਿਆ, ਅਸੀਂ ਗੈਪ ਜਾ ਰਹੇ ਹਾਂ, ਹੁਣ ਮੈਂ ਚਾਚੇ ਦੀ ਬੈਠ ਨਾ ਮੰਨਣ ਵਿਚਾਰੇ ਨੂੰ ਆਗ ਤੱਕ ਨਾ ਕਿ ਉੱਠੋ ਮੈਨੂੰ ਫੋਨ ਆ ਗਿਆ, ਮੈਂ ਜਾਣਾ, ਦੋ ਤਿੰਨ ਵਾਰੀ ਉਹਨਾਂ ਨੂੰ ਮੈਂ ਆਖਿਆ, ਮੈਂ ਕਿਹਾ ਸਹੀ ਹੈ ਅਗਲੇ ਹਫਤੇ ਲਾਜ਼ਮੀ ਚੱਕਰ ਲਾਇਆ ਜੋ ਮੇਰੇ ਮੂੰਹ ਵੱਲ ਵੇਖਣ, ਤੁਸੀਂ ਆ ਜਾਇਓ ਜੇ ਤੇ ਮੈਂ ਨਹੀਂ ਸੀ ਪੁੱਛਣਾ ਇਹਨਾਂ ਨੂੰ, ਮੈਨੂੰ ਕਿਹੜਾ ਰਾਹ ਨਹੀਂ ਆਉਂਦਾ, ਮੈਂ ਆ ਜਾਣਾ ਸੀ, ਹੁਣ ਤੁਹਾਨੂੰ ਰੋਕਣਾ ਬਣਦਾ ਹੀ ਨਹੀਂ ਉਹਨਾਂ ਦਾ,
ਠੀਕ ਹੈ ਠੀਕ ਹੈ ਮੈਂ ਤਾਂ ਇਹੀ ਕਹਾਂਗਾ ਤੁਸੀਂ ਜਿੱਥੇ ਵੀ ਆਓ ਸਾਨੂੰ ਸੁਣਦੇ ਹੋ ਤੁਹਾਡਾ ਰੁਕਣਾ ਨਹੀਂ ਬਣਦਾ ਸਮੀ ਸਾਹਿਬ ਹਾਂ ਇੱਥੇ ਬੁਲਾ ਕੇ ਤਾਂ ਆਪਾਂ ਘੱਟ ਰੁਕਿਆ ਹਾਂ ਉੱਥੋਂ ਰਾਹ ਦੇ ਵਿੱਚ ਮੈਨੂੰ ਮਿਲੇ ਨੇ ਦੱਸਿਆ ਵੀ ਨਹੀਂ ਕਿੱਥੇ ਚੱਲੇ ਹਾਂ ਅਸੀਂ ਇਹ ਆਏ ਜੇ ਪੰਜ ਮਿੰਟ 'ਚ ਇੱਥੋਂ ਉਹਨਾਂ ਦੀ ਬ੍ਰੇਕ ਜਾ ਕੇ ਮੁਫ਼ਤ 'ਤੇ ਲੱਗੀ ਅਗਲੇ ਮੱਛੀ ਦੇ ਨਹੀਂ ਨਹੀਂ ਮੱਛੀ ਤੇ ਉਹਨਾਂ ਕੋਲ ਸਾਨੂੰ ਕੋਈ ਖਵਾਲਣੀ ਉਹ ਅੰਨੋ ਫਿੱਤੇ ਜਾਣਾ ਨਹੀਂ ਹੈ ਵੀ ਮੁਰਗੀਆਂ ਲੈਣ ਆਪਣੇ ਭਾਈ ਦੀ ਜਿਹਨਾਂ ਨਾਲ ਗੱਲ ਹੋਈ ਅੱਗੇ ਆਉਂਦੇ ਨੇ ਉਹ ਕਹਿੰਦੇ ਨੇ ਨੈਕਸਟ ਹਫ਼ਤੇ ਆ ਜਾਓ ਫਿਰ ਚ ਥੋੜ੍ਹੇ ਵੱਲ ਹੋ ਜਾਣਗੀਆਂ ਮੁਰਗੀਆਂ ਫਿਰ ਲੈ ਜਾਓ ਬੱਚੇ ਠੀਕ ਹੈ ਅਤੇ ਸਮੀ ਸਾਹਿਬ ਕੋਲ ਗੱਡੀ ਹੈ ਨਾ ਤੇ ਉਹ ਆਪਣੇ ਉਸਤਾਦ ਨਾਲ ਗੱਲ ਕਰ ਲੈਣ ਦੇ ਨਾਲ ਨੇ ਭਾਈ ਦੀ ਠੀਕ ਹੈ ਖਰਾਬ ਹੋ ਗਿਆ ਇਹ ਕਲੀਨ ਵਾਲੇ ਕੰਮ ਦੀ ਨਿਸ਼ਾਨੀ ਜੀ ਰੜੀ ਗੱਡੀ ਸੀ ਕਲੀਨਾਂ ਦੀ ਲੱਗੀ ਮੇਰੇ ਕਲੀਨਾਂ ਵਾਲੇ ਕੰਮ ਤੇ ਨਾ ਰੇੜੀ ਚੜ ਗਈ ਸੀ ਲੋਡ ਨਾ ਆਪ ਦੂਜੇ ਬੰਦੇ ਨੂੰ ਵਾਲਾ ਮਾਰਨਾ ਪਿਆ ਕਿਹੜੀ ਸਾਈਡ ਤੇ ਸੋ ਖਿਲਾਰਦੇ ਨੇ ਸੁੱਕੇ ਦੂਜਾ ਥੱਲੇ ਲੱਦ ਕੇ ਲੈਂਦੇ ਤੇ ਰੇੜੀ ਖਿੱਚੀ ਆਉਣਾ ਪਿਆ ਉਹਨੂੰ ਖਿੱਚਣਾ ਛੋੜ ਦਿੱਤਾ ਅੱਗੂ ਪਿੱਛੇ ਨੀ ਹਟਿਆ ਤੇ ਪਿੱਛੋਂ ਚੱਲ ਵੇਖਣਾ ਪਾ ਤੂੰ ਸਿੱਧੀ ਟਾਇਰ ਤੇ ਆ ਚੜੀ ਧੱਕਾ ਮਾਰਿਆ ਤੇ ਬੂਟ ਉਸੇ ਟਾਈਮ ਮੈਂ ਲਾ ਕੇ ਦੇਖਿਆ ਤੇ ਖੂਨ ਲੋਹਾਂ ਦੇ ਵਿੱਚ ਖੂਨ ਭੱਜ ਗਿਆ ਸੀ ਮੈਂ ਕਿਹਾ ਤਾਂ ਕੰਮ ਹੋ ਗਿਆ ਉਹ ਫਿਰ ਬਹਾਨਾ ਬਣ ਗਿਆ ਉੱਥੇ ਲੈ ਕੇ ਬੈਠਾ ਰਿਹਾ ਪੈਰ ਨੂੰ ਤਾਂ ਨਿਕਲਦੇ ਨੀ ਖਿਲਾਰੇ ਉੱਥੇ ਬਹਿ ਕੇ ਝੱਟ ਗੂਟਾਂ ਵਾ ਕੇ ਥੱਲੇ ਜਾ ਕੇ ਟਕੋਰਾਂ ਕਰਾਈਏ ਮੈਂ ਕਿਹਾ ਵੀ ਦਿਹਾੜੀ ਸਿਰੇ ਚੜ੍ਹਨ ਹੁਣ ਟਕੋਰਾਂ ਆਪੇ ਥੱਲੇ ਜਾ ਕੇ ਹੋ ਜਾਂਦੀਆਂ ਥੱਲੇ ਜਾ ਕੇ ਫਿਰ ਮੈਂ ਬੂਟ ਦੋਨੋਂ ਲਾਹ ਦਿੱਤੇ ਤੇ ਪਾਣੀ ਵਿੱਚ ਨਾ ਕੰਮ 'ਚ ਪਾਣੀ ਦਾ ਕਲੀਨ ਧੋਣੇ ਹਾਂਜੀ ਉਹ ਪਾਣੀ ਦਾ ਪਾਣੀ ਠੰਡਾ ਜ਼ਮੀਨੀ ਪਾਣੀ ਸੀ ਸਪਲਾਈ ਦਾ ਨਹੀਂ ਸੀ ਉਹ ਨਹੀਂ ਠੰਡਾ ਠਾਰ ਸੀ ਠੀਕ ਹੈ ਹੁਣ ਪੈਰ ਭੇਜਦੇ ਨੇ ਤਾਂ ਟਕੋਰ ਹੁੰਦੀ ਰਹੀ ਆਹੋ ਖੂਨ ਰੁਕ ਜਾਂਦਾ ਇੱਕ ਵਾਰੀ ਜਿਹੜਾ ਨਾ ਦਰਦ ਮਰ ਗਏ ਠੰਡੇ ਪਾਣੀ ਦੇ ਵਿੱਚ ਮਰ ਗਏ ਸੀ ਮਠਾਣੇ ਨਹੀਂ ਜਿੱਤੀ ਤੱਕ ਹੀ ਗੱਡੀ ਵਿੱਕੀ ਹੈ ਇਮਰਾਨ ਖਾਨ ਦਾ ਵੀ ਪਠਾਣੀ ਚੱਬਲ ਬੜੀ ਵਿਕੀ ਹੈ ਜੀ ਅੱਛਾ ਲੋਕਾਂ ਨੇ ਦੁਕਾਨਾਂ ਦੇ ਨਾਂ ਹੀ ਰੱਖ ਲਏ ਨੇ ਹੁਣ ਪਠਾਨ ਚ ਪਠਾਨ ਚੱਬਲ ਈਦ ਨੇ ਦੋ ਦਿਨ ਪਹਿਲਾਂ ਉਹ ਨੂੰ ਲਿਖਿਆ ਸੀ ਉਸ ਦੁਕਾਨ ਨੇ ਬਾਹਰ ਪੋਸਟਰ ਲਾਏ ਨਵਾਜ਼ ਸ਼ਰੀਫ ਰਾਣੇ ਮਰੀਮ ਨਵਾਜ਼ ਰਾਣੇ ਦੇ ਉਸ ਕਹੇ ਲਓ ਜੀ ਕਸਮ ਚਾ ਕੇ ਆਉਣਾ ਅੱਜ ਸੀਵਾ ਰੋਜ਼ਾ ਹੋ ਗਿਆ ਵੇ ਮੇਰਾ ਇੱਕ ਸੂਟ ਨਹੀਂ ਹੋਇਆ ਜਿਹੜਾ ਬੰਦਾ ਆਉਂਦਾ ਉਹਨਾਂ ਨੇ ਫੋਟੋ ਤੱਕ ਨਾ ਟੁੱਟ ਜਾਣਾ ਮੇਰੇ ਕੋਲ ਸੂਟ ਹੀ ਕੋਈ ਨਹੀਂ ਉਹ ਇੱਕ ਰੇੜੀ ਵਾਲੇ ਨੇ ਵੀ ਜਾਣੀ ਸੀ ਕਿ ਮੈਂ ਜਿੰਨੀ ਪੂਰੇ ਸੂਟਾਂ ਦਾ ਲਿਖ 804 ਤੇ ਦੁਕਾਨ ਚੋਂ ਬਾਹਰ ਨਿਕਲ ਤੇ ਰੇੜੀ ਦੇ ਲਾ ਆਨੇ ਮੈਂ ਲਾਇਆ ਮੈਂ ਦੋਹਾਂ ਦੇ ਆਇਆ ਚ ਸੂਟਾਂ ਦਾ ਸੂਟ ਵੇਚੀ ਆਇਆ ਵਾ ਤੇ ਮੈਂ
ਅੱਛਾ ਜੀ ਯਾ ਪੂਰੇ ਮਹੀਨੇ ਦੀ ਸੇਲ ਦੋ ਦਿਨਾਂ ਦੀ ਕੀਤੀ ਠੀਕ ਹੈ ਉਸੇ ਦਾ ਵਾਮ ਇੰਜ ਪਈ ਹੈ ਜੀ ਤਕਨੇ 804 ਨਹੀਂ ਗੱਲਬਾਤ ਤੇ ਆਇਆ ਨਾ ਜੀ ਸਰਕਾਰ ਗੱਲਬਾਤ ਤੇ ਇਮਰਾਨ ਖਾਨ ਦੀ ਸ਼ਦਾਈ ਹੈ ਵਾਮ ਉਹਦੇ ਪਿੱਛੇ ਫੈਨ ਨੇ ਤਗੜੇ ਫੈਨ ਨੇ ਇਮਰਾਨ ਖਾਨ ਦੇ ਇਹਦੇ ਲਈ ਕੋਈ ਸ਼ੱਕ ਨਹੀਂ ਪੂਰੀ ਦੁਨੀਆ ਉਸ ਨੂੰ ਪੈ ਇਹਦੀ ਗੱਲ ਕੌਣ ਸਮੀਉੱਲਾ ਨੇ ਫਿਲਮਾਂ 'ਚ ਨਹੀਂ ਇੱਕ ਟਾਇਰ ਐਂ ਚੋਕਾ ਦਾਈਆਂ ਨੇ ਹਾਂ ਇੰਨੀ ਡਰਿਫਟ ਕੀਤੀ ਸਲੀਕੀ ਦੀਆਂ ਨੇ ਇੰਨੀ ਡਰਿਫਟ ਕੀਤੀ ਮੈਂ ਤਾਂ ਮਾਫੀਆਂ ਮੰਗਾਂ ਅੱਜ ਸਮੀਉੱਲਾ ਮੇਰੀ ਜਾਨ ਛੱਡੇ ਸਹੀ ਨਹੀਂ ਤੇ ਤੁਹਾਨੂੰ ਜ਼ਰਾ ਸ਼ਰਮ ਨਹੀਂ ਆਈ ਕਿ ਬੰਦਾ ਇੰਤਜ਼ਾਰ ਕਰਦਾ ਪਿਆ ਉੱਥੇ ਹੈ ਨਹੀਂ ਤੁਹਾਨੂੰ ਇਹ ਨਹੀਂ ਪਤਾ ਕਿ ਇੰਤਜ਼ਾਰ ਕਰਦਾ ਪਿਆ ਉਦੋਂ ਦਾ ਉੱਥੇ ਹੈ ਕੀ ਲਾ ਗਿਆ ਇਹ ਭਾਜੀ ਤੁਹਾਡੇ ਵਾਸਤੇ ਪਾਕਿਸਤਾਨ ਦੀ ਸਪੈਸ਼ਲ ਮਠਿਆਈ ਲੈ ਕੇ ਮਾਸ਼ਾਅੱਲਾ ਆਰਾਮ ਨਾਲ ਬੰਦਾ ਖਾ ਲੈਂਦਾ ਕੀ ਯਾਰ ਕੀ ਬਦਤਮੀਜ਼ੀ ਨਹੀਂ ਕਰੀ ਦੀ ਹੁੰਦੀ ਵਲੌਗ ਦੇ ਵਿੱਚ ਜੇ ਵੇਖ ਲੈਣਗੇ ਟਿੰਡ ਤੇ ਕੀ ਹੋਏਗਾ ਕਿ ਕਿਹੜੀ ਐਸੀ ਗੱਲ ਹੈ ਯਾਰ ਮੈਂ ਨਹੀਂ ਕਰਾਈ ਮੈਂ ਨਹੀਂ ਕਰਾਈ ਤੇ ਫੇਰ ਕੀ ਹੈ ਉਹ ਮਰਦ ਬੰਦੇ ਵਾਲੀ ਕੀ ਹੈ ਫੇਰ ਕੀ ਹੈ ਤੇ ਕਿਹੜੇ ਫੜਿਆ ਗਿਆ ਉਹਨਾਂ ਟਿੰਡ ਕਾ ਛੜੀ ਕੀ ਹੈ ਕਿਹੜੀ ਐਸੀ ਗੱਲ ਹੋ ਗਈ ਕਿਹੜੀ ਐਸੀ ਗੱਲ ਹੋ ਗਈ ਹੈ ਕੀ ਆਖਿਆ ਸਾ ਮੁੱਛਾਂ ਸਾਫ ਕਰੋ ਹਲੇ ਵੀ ਲੱਗੀ ਹੈਂ ਤੇ ਟਿੰਡ ਵੀ ਭਰੀ ਹੋਈ ਹੁੰਦੀ ਹੈ ਇਹ ਵਿਖਾ ਦਿਓ ਉਹ ਸਟੋਰੀ ਵੇਖੀ ਉਹਨਾਂ ਨੇ ਟਿੰਡ ਭਰੀ ਨਹੀਂ ਹੁੰਦੀ ਟਿੰਡ ਤੇ ਉਸ ਤਰ੍ਹਾਂ ਨਹੀਂ ਤੇ ਜੀਬਾਂ ਕੀ ਮਾਰਦੇ ਹੋ ਪਏ ਟਿਕਟੌਕ ਦੇ ਵਿੱਚ ਯਾਰ ਕੋਈ ਕਰਨ ਵਾਲੀ ਗੱਲ ਹੈ ਉੱਥੇ ਕੁਛ ਸਿਆਣੇ ਪਿਆਣੇ ਬੰਦਿਆਂ ਵਾਲੀ ਗੱਲ ਹੈ ਮੈਨੂੰ ਮੈਨੂੰ ਤੇ ਵੇਖ ਕੇ ਸ਼ਰਮ ਆ ਗਈ ਹੈ ਇੱਧਰ ਮੈਂ ਉਹ ਸਟੋਰੀ ਦੇਖੀ ਹੈ ਸਰਕਾਰ ਮੈਨੂੰ ਸ਼ਰਮ ਆ ਗਈ ਵੇਖ ਕੇ ਅੱਲਾ ਦੀ ਕਸਮ ਹੈ ਜੀਬਾਂ ਮਾਰਦਾ ਪਿਆ ਜੀਬਾਂ ਹੈ ਜੀਬਾਂ ਨਹੀਂ ਮਿਊਜ਼ਿਕ ਵੀ ਬੜਾ ਮਾਰ ਲੱਗਿਆ ਨਾ ਹੁਣ ਵੀ ਤਾਂ ਬਣੀ ਹੈ ਨਾ ਹੈ ਹੈਲੋ ਹੁਣ ਵੀ ਤਾਂ ਬਣੀ ਗਈ ਹੈ ਨਾ ਕੋਈ ਗੱਲ ਨੀ ਮਰਦਾ ਨੀ ਟਿੰਡਾਂ ਹੁੰਦੀਆਂ ਨੇ ਖੈਰ ਉਹ ਜੀ ਚਾਵਲ ਤੇ ਜਿਹੜਾ ਨਾ ਪੱਕੇ ਘਰ ਛੱਡੇ ਨੇ ਸੰਮੀ ਨੇ ਤੁਹਾਡੇ ਬਣਵਾਣੇ ਬਣਵਾਣੇ ਨੇ ਹਰ ਹਫਤੇ ਮਹਿਮਾਨ ਬੰਦਾ ਇੱਕ ਵਾਰੀ ਹੁੰਦਾ ਬਾਰ ਬਾਰ ਨਹੀਂ ਮਹਿਮਾਨ ਨਵਾਜ਼ੀ ਹੁੰਦੀ ਤੇ ਸੰਮੀ ਨੂੰ ਬੁਲਾ ਕੇ ਲਿਆਓ ਤੇ ਉਹਨੂੰ ਆਖੋ ਸੁੰਦਰ ਚੋਲਾਂ ਚ ਹੈਲਪ ਕਰੇ ਹੈ ਜਿਹੜੀ ਸਹੀ ਗੱਲ ਹੈ ਨਾ ਸੰਮੀ ਵਾਲਾ
ਹੈਲੋ ਜਿਹੜੀ ਸੂਲੀ ਵਾਲੇ ਹਾਂਜੀ ਮਹਿਮਾਨ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਇਹ ਬਾਰ ਬਾਰ ਨਹੀਂ ਹੁੰਦਾ ਤੇ ਹੁੱਕੇ ਨਾ ਪੀਆ ਕਰ ਉੱਠ ਪਵੋ ਹੈਲੋ ਹੈਲੋ ਮੈਂ ਪਿਆਰ ਨਾਲ ਆਉਂਦਾ ਵਾਂ ਪਿਆ ਮੈਂ ਆਰਾਮ ਨਾਲ ਇੱਜ਼ਤ ਨਾਲ ਆਉਂਦਾ ਵਾਂ ਪਿਆ ਮੈਂ ਆਰਾਮ ਨਾਲ ਆਉਂਦਾ ਵਾਂ ਪਿਆ ਹਲੇ ਉਹ ਬੁਲਾਉਂਦੇ ਨੇ ਪਏ ਯਾਰ ਨਹੀਂ ਉੱਠ ਪੋ ਯਾਰ ਯਾਰ ਚੱਲ ਮੈਂ ਆਇਓ ਨਾ ਛੇੜਿਆ ਕਰ ਮੈਂ ਬਿਜ਼ੀ ਹਾਂ ਮੈਨੂੰ ਗੁੱਸਾ ਚੜ ਗਿਆ ਨਾ ਤੇ ਮੈਂ ਇੱਥੇ ਉਹ ਜਿੱਥੇ ਉਹ ਲੇਟਣੀਆਂ ਮਾਰ ਦੇਣ ਮੈਂ ਉੱਥੇ ਘਸੀਟਣਾ ਇਹ ਸਹੀ ਗੱਲ ਆਪ ਲੇਟਣ ਲਾ ਪੈਣਾ ਉੱਠ ਪੈ ਯਾਰ ਉੱਠ ਪੈ ਮਨ ਮੈਂ ਹੁਣ ਤਾਂ ਜਾ ਕੇ ਕਰਨਾ ਯਾਰ ਮਾਸ਼ਾਅੱਲਾ ਮੈਂ ਬਲਸ਼ਰ ਪੁੱਤਰ ਮੰਗਾ ਆ ਬਿਸਮਿਲਲਾ ਕੇਲੇ ਵਾਲਾ ਬਲਾਓ ਮਸ਼ਰ ਕੋਣ ਹੈ ਤੇ ਕੇਲੇ ਵਾਲਾ ਬਲਾਓ ਉਹ ਬੈਡ ਤੇ ਬੈਠੇ ਨੇ ਭਾਈ ਬਲਸ਼ਰ ਪੁੱਤਰ ਕੋ ਦੁਆਰਾ ਕੱਢ ਕੇ ਬੈਠੇ ਅੱਖਾਂ ਕਾਹਨੂੰ ਫੜਨਾ ਬਾਬੇ ਜੀ ਤਿਆਰ ਹੈ ਕਾ ਰੋਟੀ ਖਾ ਤੁਸੀਂ ਹੋਰ ਦੋ ਹਫ਼ਤਿਆਂ ਨੂੰ ਆਪਣੇ ਕੁੱਤੇ ਜਿਹੜੇ ਨੇ ਖੁੱਲੇ ਛੱਡਦੇ ਨੇ ਖਿਦਮਤ ਦੇ ਖਲਕ ਸਾਰੀ ਦੀ ਸਾਰੀ ਜਾਂਦੀ ਰਹਿਣੀ ਹੈ ਜਿਹੜੇ ਨੁਆਣ ਮੈਨੂੰ ਨਜ਼ਰ ਆ ਰਹੇ ਨੇ ਨਾ ਤੁਸੀਂ ਵਲੋਗ ਬਣਾ ਰਹੇ ਹੋ ਜਾਂ ਕਮੇਡੀ ਕਰ ਰਹੇ ਹੋ ਆਰਾਮ ਨਾਲ ਖਾ ਲਵੋ ਆਪਣੇ ਘਰ ਦੋ ਬੰਦੇ ਤੇ ਬਡਾਵਾ ਲਾ ਰਹੇ ਸਿਰ ਤੇ ਕੈਸੇ ਬਣੇ ਨੇ ਚੌਲ ਕਮੈਂਟ ਵੀ ਦਿਓ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਯਾਰ ਬਾਅਦ ਚ ਨਹੀਂ ਹੁਣ ਦਿਓ ਕਮੈਂਟ ਉਹਨਾਂ ਇੰਨੀ ਮਿਹਨਤ ਕੀਤੀ ਹੈ ਐ ਸਰਕਾਰ ਉਹਨਾਂ ਨੂੰ ਥੈਂਕ ਯੂ ਆਖੋ ਨਾ ਸਾਰੇ ਥੈਂਕ ਯੂ ਬਹੁਤ ਸ਼ੁਕਰੀਆ ਭਾਈ ਜੀ ਸਾਹਿਬ ਬਹੁਤ ਸ਼ੁਕਰੀਆ ਹਾਂ ਜੀ ਸਰਕਾਰ ਕੈਸੇ ਬਣੇ ਨੇ ਬਹੁਤ ਅੱਛੇ ਚਲੋ ਖਾ ਲਈ ਅਸੀਂ ਵੀ ਅਲਹਮਦੁਲਿਲਾ ਜੀ ਘਰ ਪਹੁੰਚ ਗਿਆ ਵਾ ਮੈਂ ਉਹਨਾਂ ਨਾਲ ਮੁਲਾਕਾਤ ਕਰਦਿਆਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਮੈਨੂੰ ਨੀਂਦਰ ਬਹੁਤ ਜ਼ਿਆਦਾ ਤੰਗ ਕੀਤਾ ਮੈਂ ਉੱਥੇ ਵੀ ਡਿੱਗਣਾ ਹਾਂ ਪਿਆ ਨੀਂਦਰ ਨਾਲ ਸੌਣ ਡਿਆ ਵਾਂ ਘਰ ਪਹੁੰਚ ਗਿਆ ਵਾਂ ਅਤੇ ਇਨਸ਼ਾਅੱਲਾ ਹੁਣ ਥੋੜ੍ਹੀ ਨੀਂਦ ਪੂਰੀ ਕਰੀਏ ਅੱਲਾ ਪਾਕ ਨੇ ਖੈਰ ਰੱਖੀ ਅਤੇ ਇੱਕ ਨਵਾਂ ਵਲੌਗ ਲੈ ਕੇ ਤੁਹਾਡੀ ਖਿਦਮਤ 'ਚ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ ਆਪਣਾ ਅਤੇ ਆਪਣੇ ਪਿਆਰਾਂ ਦਾ ਖਿਆਲ ਰੱਖਿਓ ਅੱਲਾ ਹਾਫਿਜ਼